ਤਾਂ ਪਲਟ ਗਈ ਇੱਕ ਹੋਰ ਰੇਲ ਗੱਡੀ। ਚਲਦੇ ਚਲਦੇ ਪਟੜੀਆਂ ਤੋਂ ਉੱਤਰ ਗਏ ਰੇਲ ਦੇ ਤਿੰਨ ਡੱਬੇ। ਆਹ ਦੇਖੋ ਰੇਲ ਵਿਭਾਗ ਦੇ ਅੰਦਰ ਹੋ ਕੀ ਰਿਹਾ ਏ, ਕੌਣ ਇੰਨੇ ਵੱਡੇ ਨੁਕਸਾਨ ਦਾ ਜ਼ਿੰਮੇਵਾਰ ਹੈ। ਕੁਝ ਸਮੇਂ ਪਹਿਲਾਂ ਫਤਿਹਗੜ੍ਹ ਸਾਹਿਬ ਨੇੜੇ ਵੀ ਇਹ ਪਟੜੀ ਤੋਂ ਜਿਹੜੇ ਟ੍ਰੇਨ ਦੇ ਡੱਬੇ ਸਨ ਉੱਤਰ ਗਏ ਸੀ, ਹੁਣ ਫਿਰ ਇੱਕ ਵਾਰ ਫਿਰ ਦੇਖਣ ਦੇ ਵਿੱਚ ਆਇਆ ਏ, ਜਿੱਥੇ ਫਰੀਦਾਬਾਦ ਨੇੜੇ ਜਿਹੜੀ ਟ੍ਰੇਨ ਹੈ ਉਹ ਪਟੜੀਆਂ ਤੋਂ ਉੱਤਰ ਜਾਂਦੀ ਹੈ, ਤਿੰਨ ਡੱਬੇ ਇਸ ਦੇ ਉੱਤਰ ਜਾਂਦੇ ਨੇ, ਜਿਸ ਕਰਕੇ ਕਾਫੀ ਨੁਕਸਾਨ ਹੋਇਆ ਰੇਲਵੇ ਲਾਈਨਾਂ ਨੂੰ ਵੀ, ਡੱਬਿਆਂ ਨੂੰ ਵੀ, ਅਤੇ ਜਿਹੜਾ ਟ੍ਰੇਨ ਹੈ ਜਿਹੜੀ ਪੂਰੀ ਉਹ ਦੇਖ ਹੀ ਸਕਦੇ ਹੋ ਕੀ ਹਾਲ ਹੋਇਆ ਏ। ਤਾਂ ਪਲਟ ਗਈ ਇੱਕ ਹੋਰ ਰੇਲ ਗੱਡੀ, ਚਲਦੇ ਚਲਦੇ ਪਟੜੀਆਂ ਤੋਂ ਉੱਤਰ ਗਏ ਇਸ ਦੇ ਤਿੰਨ ਡੱਬੇ। ਦੱਸ ਦਈਏ ਕਿ ਪੂਰੀ ਰੇਲਵੇ ਲਾਈਨ ਜਿਹੜੀ ਆ ਉਹ ਟੁੱਟ ਗਈ ਹੈ, ਇਸ ਕਰਕੇ ਜਿਹੜੇ ਲੋਕ ਨੇ ਰੇਲਵੇ ਸਟੇਸ਼ਨਾਂ 'ਤੇ ਉਹ ਖੜ੍ਹੇ ਨੇ, ਕਿਉਂਕਿ ਜਿਹੜੀ ਬਾਕੀ ਰੇਲਾਂ ਨੇ ਜਿਨ੍ਹਾਂ ਨੇ ਇੱਥੋਂ ਗੁਜ਼ਰਨਾ ਸੀਗਾ ਉਹਨਾਂ ਨੂੰ ਡਿਲੇ ਕਰ ਦਿੱਤਾ ਗਿਆ ਏ, ਉਹਨਾਂ ਦੀ ਸਮੇਂ ਦੇ ਵਿੱਚ ਤਬਦੀਲੀ ਲਿਆ ਦਿੱਤੀ ਗਈ ਹੈ, ਅਤੇ ਲੋਕ ਖੱਜਲ ਖੁਆਰ ਹੋ ਰਹੇ ਨੇ ਇੰਨੀ ਗਰਮੀ ਦੇ ਮੌਸਮ ਦੇ ਵਿੱਚ। ਤਾਂ ਇੱਕ ਗਲਤੀ ਦੇਖੋ ਕਿੰਨੇ ਲੋਕਾਂ 'ਤੇ ਪ੍ਰਭਾਵ ਪਾਉਂਦੀ ਹੈ, ਅਤੇ ਤੁਹਾਨੂੰ ਦੱਸ ਦਈਏ ਕਿ ਇਹ ਜਿਹੜੇ ਹਾਦਸੇ ਨੇ ਕਿ ਆਖਿਰਕਾਰ ਹੋ ਕਿਉਂ ਰਹੇ ਨੇ, ਗਰਮੀ ਕਾਰਨ ਹੋ ਰਹੇ ਨੇ, ਗਰਮੀ ਕਾਰਨ ਜਿਹੜੀਆਂ ਲਾਈਨਾਂ ਨੇ ਉਹਨਾਂ ਦਾ ਜਿਹੜਾ ਸਾਈਜ਼ ਹੈ ਵੱਧ ਜਾਂਦਾ ਹੈ, ਜਾਂ ਫਿਰ ਕੋਈ ਸ਼ੈਤਾਨੀ ਕਰ ਰਿਹਾ, ਜਾਂ ਫਿਰ ਰੇਲਵੇ ਵਿਭਾਗ ਦੀ ਅਣਗਹਿਲੀ ਹੈ। ਆਖਿਰ ਕੌਣ ਜਵਾਬ ਦੇਵੇਗਾ? ਜੇਕਰ ਇਹ ਮਾਲ ਗੱਡੀ ਹੈ, ਜੇਕਰ ਪੈਸੰਜਰ ਗੱਡੀ ਹੁੰਦੀ ਉਸਦੇ ਤਿੰਨ ਡੱਬੇ ਇਸ ਤਰੀਕੇ ਦੇ ਨਾਲ ਉੱਤਰਦੇ ਤਾਂ ਤੁਸੀਂ ਆਪ ਹੀ ਹਿਸਾਬ ਲਗਾ ਸਕਦੇ ਹੋ ਕਿ ਕਿੰਨੀਆਂ ਜਾਨਾਂ ਦਾ ਨੁਕਸਾਨ ਹੋ ਸਕਦਾ ਸੀ, ਕਿੰਨੇ ਲੋਕਾਂ ਦੇ ਸੱਟਾਂ ਲੱਗਦੀਆਂ। ਪਰ ਤਸਵੀਰਾਂ ਤੁਹਾਨੂੰ ਫਰੀਦਾਬਾਦ ਰੇਲਵੇ ਸਟੇਸ਼ਨ ਦੇ ਨੇੜੇ ਦੀਆਂ ਦਿਖਾ ਰਹੇ ਹਾਂ, ਜਿੱਥੇ ਕੋਲੇ ਦੇ ਨਾਲ ਭਰੀ ਹੋਈ ਇਹ ਮਾਲ ਗੱਡੀ ਰੇਲਵੇ ਲਾਈਨਾਂ ਤੋਂ ਉੱਤਰ ਗਈ, ਜਿਸ ਕਰਕੇ ਤਿੰਨ ਡੱਬੇ ਇੱਕ ਦੇ ਉੱਤੇ ਇੱਕ ਚੜ ਗਏ ਅਤੇ ਇਸ ਦੇ ਅੰਦਰ ਭਰਿਆ ਕੋਲਾ ਰੇਲਵੇ ਲਾਈਨਾਂ 'ਤੇ ਇਕੱਠਾ ਹੋ ਗਿਆ। ਆਉਣ ਜਾਣ ਵਾਲੀਆਂ ਸਾਰੀਆਂ ਲਾਈਨਾਂ ਬਿਜ਼ੀ ਹੋ ਗਈਆਂ, ਕਿਉਂਕਿ ਲਾਈਨਾਂ ਦੇ ਉੱਤੇ ਇੰਨਾ ਇੰਨਾ ਕੋਲਾ ਜੰਮ ਗਿਆ ਸੀ, ਜਿਸ ਤੋਂ ਬਾਅਦ ਕਈ ਟ੍ਰੇਨਾਂ ਨੂੰ ਡਿਲੇ ਕੀਤਾ ਗਿਆ, ਲੋਕ ਖੱਜਲ ਖੁਆਰ ਹੋਏ। ਤਾਂ ਆਖਿਰਕਾਰ ਕੌਣ ਹੈ ਇਸ ਹਾਦਸੇ ਦਾ ਜ਼ਿੰਮੇਵਾਰ? ਲਗਾਤਾਰ ਰੇਲ ਹਾਦਸੇ ਹੋ ਰਹੇ ਨੇ, ਕੀ ਰੇਲਵੇ ਵਿਭਾਗ ਸੁੱਤਾ ਪਿਆ? ਕਮੈਂਟ ਕਰਕੇ ਜ਼ਰੂਰ ਦੱਸਿਓ।